ਭਾਖੜਾ ਨਹਿਰ ਤੇ ਬਣ ਰਿਹਾ ਸੀ ਪੁਲ ਬਣਨ ਤੋਂ ਪਹਿਲਾਂ ਹੀ ਨਹਿਰ 'ਚ ਡਿੱਗ ਗਿਆ ਪੁਲ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਮੌਕੇ ਤੇ ਸ੍ਰੀ ਕੀਰਤਪੁਰ ਸਾਹਿਬ 'ਚ ਭਾਖੜਾ ਨਹਿਰ ਤੇ ਪੁਲ ਤਿਆਰ ਹੋ ਰਿਹਾ ਸੀ ਅਤੇ ਕਿਹਾ ਜਾਂਦਾ ਹੈ ਇਸ ਪੁਲ ਨੂੰ ਤਿਆਰ ਹੋਣ 'ਚ ਹੁਣ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਲਗਭਗ 750 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪੁਲ ਦਾ ਅੱਧਾ ਹਿੱਸਾ ਨਹਿਰ 'ਚ ਡਿੱਗ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲ ਹਜੇ ਕੇਵਲ ਤਿਆਰ ਹੋ ਰਿਹਾ ਸੀ ਜਿਸ ਦਾ ਢਾਂਚਾ ਅੱਧਾ ਟੁੱਟ ਕੇ ਨਹਿਰ 'ਚ ਡਿੱਗ ਗਿਆ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਨੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਵਾਸਤੇ। ਲੋਕਾਂ ਦਾ ਕਹਿਣਾ ਹੈ ਕਿ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਸੀ ਜਿਸ ਢਾਂਚੇ ਦੇ ਸਹਾਰੇ ਸਟੀਲ ਦੇ ਪੁਲ ਨੂੰ ਨਹਿਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਲਿਜਾਇਆ ਜਾਣਾ ਸੀ, ਉਸ ਦਾ ਅੱਧਾ ਹਿੱਸਾ ਭਾਖੜਾ ਨਹਿਰ 'ਚ ਡਿੱਗ ਗਿਆ। ਅਜਿਹੇ ਦੇ ਵਿੱਚ ਪ੍ਰਸ਼ਾਸਨ ਦੇ ਕੰਮ ਦੇ ਉੱਤੇ ਵੀ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਪੁਲ ਤਾਂ ਬਣਨ ਤੋਂ ਪਹਿਲਾਂ ਹੀ ਢਹਿ ਢੇਰੀ ਹੋਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਾ ਕਹਿਣਾ ਸੀ ਕਿ ਪੁਲ ਸਿਰਫ ਇੱਕ ਅਸਥਾਈ ਢਾਂਚਾ ਸੀ ਜਿਸ ਨੂੰ ਲੋਹੇ ਦੇ ਐਂਗਲ ਅਤੇ ਗਾਰਡਰਾਂ ਦੀ ਸ਼ਟਰਿੰਗ ਦੀ ਮਦਦ ਨਾਲ ਖੜਾ ਕੀਤਾ ਜਾਣਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਢਾਂਚੇ ਦੀ ਮਦਦ ਦੇ ਨਾਲ ਹੀ ਨਹਿਰ ਦੇ ਉੱਪਰ ਪੁਲ ਬਣਾ ਕੇ ਆਰ ਪਾਰ ਕੀਤਾ ਜਾਣਾ ਸੀ ਅਤੇ ਉਸਦਾ ਅੱਧਾ ਹਿੱਸਾ ਭਾਖੜਾ ਨਹਿਰ ਦੇ ਵਿੱਚ ਝੁੱਕ ਚੁੱਕਿਆ ਹੈ। ਅਜਿਹੇ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਠੇਕੇਦਾਰਾਂ ਦੇ ਵੱਲੋਂ ਇਸ ਨੂੰ ਠੀਕ ਕਰਨ ਦਾ ਕੰਮ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਫਿਲਹਾਲ ਇਸ ਤਰੀਕੇ ਦੇ ਨਾਲ ਪੁਲ ਬਣਨ ਤੋਂ ਪਹਿਲਾਂ ਹੀ ਉਸਦਾ ਢਾਂਚਾ ਡਿੱਗ ਜਾਣ ਦੀ ਵਜ੍ਹਾ ਤਾਂ ਹਜੇ ਤੱਕ ਪਤਾ ਨਹੀਂ ਲੱਗ ਸਕੀ, ਪਰ ਜ਼ਿਕਰੇ ਖਾਸ ਹੈ ਕਿ ਇਹ ਪੁਲ ਪਿਛਲੀ ਸਰਕਾਰ ਦੇ ਵੇਲੇ ਸ਼ੁਰੂ ਕੀਤਾ ਗਿਆ ਸੀ। ਸ੍ਰੀ ਕੀਰਤਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ। ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।